ਉਹਨੂੰ ਕਤਲ ਉਹਨਾਂ ਕੀਤਾ ਕਿਵੇਂ ਆ, ਫੈਰ ਮਾਰਿਆ ਜਾਂ ਛੁਰੇ ਵਗੈਰਾ ਨਾਲ, ਕਿਵੇਂ ਜ਼ਹਿਰ ਦਿੱਤਾ, ਕਿਵੇਂ ਕਤਲ ਕੀਤਾ? ਛੁਰੇ ਮਾਰੇ ਨੇ ਜੀ, ਛੁਰੇ ਮਾਰੇ ਨੇ ਜੀ, ਛੁਰੇ ਤੇ ਸੁਬਾ ਉਹਨਾਂ ਨੂੰ ਕਤਲ ਕਰ ਦਿਆਂ ਕਿਤੇ ਬੇਟੇ ਵਾਸਤੇ ਸਾਲਣ ਵੀ ਰੱਖੀ। ਮੈਂ ਕਿਹਾ ਮੇਰਾ ਬੇਟਾ ਮੈਂ ਰਾਹ ਹੀ ਵੇਂਦਰੀ ਵਿਆਹ ਆਉਣਾ ਲੱਗੀ ਤੇ ਸ਼ਾਮ ਨੂੰ ਆਇਆ ਤੇ ਮੈਂ ਸ਼ਾਇਦ ਨਾਰਾਜ਼ ਹੀ ਰੁੱਸ ਗਿਆ। ਉਸ ਔਰਤ ਨੇ ਫਿਰ ਮੇਰਾ ਬੇਟਾ ਡਿੱਗਦਾ ਰਿਹਾ ਟੋਏ ਦੇ ਵਿੱਚ, ਚਿੱਕਣ ਲੱਗਾ ਉਹਦੀ ਉਹਦੀ ਇੰਨੀ ਮੁਹੱਬਤ ਕਰਦਾ ਸੀ। ਜ਼ਾਲਮ ਵੇਖਿਆ ਉੱਥੇ ਉੱਤੇ ਇੱਕ ਬੁੜੀ ਆਈ, ਉਹਨੇ ਵੇਖਿਆ, ਉਹਨੇ ਆਖਿਆ ਵੀ ਇਹ ਕਿਉਂ ਇਹਨੂੰ ਮਾਰਦੇ ਪੈ ਜੇ। ਉਹਨੇ ਇਹ ਮੇਰੇ ਬੁੜੀ ਅਬਾਸ ਬੋਲਿਆ, ਉਹਨੇ ਆਖਿਆ ਇਹ ਨਾ ਮਾਰਦੇ ਤਾਂ ਪੈ, ਇਹ ਮੇਰੀ ਬੁੜੀ ਜਾ ਚੁੱਕਾ ਹਸਪਤਾਲ ਗਏ। ਹਸਪਤਾਲ ਉਹਨੂੰ ਕੌਣ ਲੈ ਕੇ ਗਿਆ? ਕੌਸ਼ਲ ਜੀ ਦੀ ਜਾਂਦਾ। ਅੱਛਾ, ਪਹਿਲੇ ਉਹਨੇ ਉਹਨੂੰ ਕਤਲ ਕੀਤਾ, ਉਸ ਤੋਂ ਬਾਅਦ ਉਹਨੂੰ ਹੋਸਪਿਟਲ ਲੈ ਕੇ ਗਈ, ਨਾਲ ਤੁਹਾਡੇ ਮਾਮੂ ਦੀ ਬੇਟੀ ਸੀ, ਤੇ ਹੋਸਪਿਟਲ ਵਾਲਿਆਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਤੁਹਾਨੂੰ ਕੀ ਦੱਸਿਆ ਹੈਗਾ? ਇਹਨੂੰ ਪਹਿਲੇ ਜ਼ਹਿਰ ਦਿੱਤਾ ਜਾਂ ਉਵੇਂ ਡਾਇਰੈਕਟ ਕਤਲ ਕਰ ਦਿੱਤਾ? ਨਹੀਂ, ਡਾਇਰੈਕਟ ਕਤਲ ਹੀ ਦੱਸਿਆ। ਅਸਲਾਮ ਅਲੈਕੁਮ ਨਾਜ਼ਰੀਨ, 42 HDTV ਕੇ ਸਾਥ ਮੈਂ ਹੂੰ ਆਪਕਾ ਹੋਸਟ ਮੀਆਂ ਤੈਯਬ। ਨਾਜ਼ਰੀਨ, ਮੈਂ ਇਸ ਵਕਤ ਥਾਣਾ ਤਦਰ ਕੀ ਹਦੂਦ ਬੱਚੀ ਲਾਲਸ਼ਾਹ ਮੇਂ ਮੌਜੂਦ ਹੂੰ, ਜਹਾਂ ਪਰ ਬੜੀ ਬੇਰਹਿਮੀ ਕੇ ਸਾਥ ਇੱਕ ਰਮਜ਼ਾਨ ਨਾਮੀ ਸ਼ਖਸ ਕੋ ਕਤਲ ਕਰ ਦਿਆ ਗਿਆ। ਮੇਰੇ ਸਾਥ ਇਸ ਵਕਤ ਉਸਕੇ ਵਾਲਿਦ ਮੌਜੂਦ ਹੈ, ਆਈਏ ਉਨਸੇ ਬਾਤ ਕਰਤੇ ਹੈਂ ਕਿ ਉਨਕੋ ਕਿਸਨੇ ਕਤਲ ਕੀਆ ਔਰ ਕਿਉਂ ਕਤਲ ਕੀਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਜੀ, ਆਪ ਰਮਜ਼ਾਨ ਕੇ ਵਾਲਿਦ ਹੈ? ਹਾਂ ਜੀ, ਵਾਲਿਦ ਹੈ। ਤੋ ਰਮਜ਼ਾਨ ਕਾ ਕਤਲ ਕਬ ਹੂਆ ਹੈ? ਉਹ ਜੀ ਉਹਨੇ ਬਾਸ ਕੀਤਾ ਹੈ। ਹੂਆ ਕਬ ਹੈ? ਹੈਂ, ਕਤਲ ਰਮਜ਼ਾਨ ਦਾ ਕਤਲ ਕਦੋਂ ਹੋਇਆ, ਕਿੰਨੇ ਦਿਨ ਪਹਿਲੇ ਹੋਇਆ? ਇਹ ਜੀ 8 ਦਿਨ ਹੋ ਗਏ ਨੇ। 8 ਦਿਨ ਹੋ ਗਏ ਨੇ। ਉਹਨੂੰ ਕਿੰਨੇ ਕਤਲ ਕੀਤਾ ਹੈ? ਬਾਸ। ਅਬਾਸ ਇਕੱਲਾ ਹੀ ਸੀ ਜਾਂ ਉਹਦੇ ਨਾਲ ਕੋਈ ਹੋਰ? ਉਹਦੀ ਬੀਵੀ ਕਰਾਇਆ ਹੈ, ਆਪਣੀ ਬੀਵੀ ਉਹਦੀ ਕੌਸ਼ਲ ਬੀਵੀ। ਰਮਜ਼ਾਨ ਦੀ ਬੀਵੀ ਕੌਸਰ ਨੇ ਅਬਾਸ ਨਾਲ ਮਿਲ ਕੇ ਕਤਲ ਕੀਤਾ? ਹਾਂ, ਮਿਲ ਕੇ ਕਤਲ ਕੀਤਾ। ਇਹਨਾਂ ਦੇ ਨਾਲ ਹੋਰ ਕੋਈ ਬੰਦਾ ਵੀ ਮੌਜੂਦ ਸੀ, ਇਹਨਾਂ ਦੋਨਾਂ ਨੇ ਕਤਲ ਕੀਤਾ ਹੈ? ਲੇਕਿਨ ਇਹਦਾ ਬੇਟਾ ਵੀ ਹੈਗਾ। ਉਹਦਾ ਕੀ ਨਾਮ ਹੈ? ਉਹਦਾ ਨਾਮ ਹੈਗਾ ਜਾਨੀ। ਜਾਨੀ, ਤੇ ਕਿਸ ਵਜ੍ਹਾ ਤੋਂ ਇਹਨਾਂ ਕਤਲ ਕੀਤਾ ਹੈ? ਇਹ ਉਹ ਅੱਗੇ ਸ਼ਾਦੀ ਉਹਦੀ ਹੋਈ ਹੋਈ ਨਾ, ਤੇ ਉਹਦੇ ਨਾਲ ਪਹਿਲੇ ਨਾਲ ਅਬਾਸ ਨਾਲ। ਕੌਸਰ ਬੀਬੀ ਜਿਹੜੀ ਤੁਹਾਡੀ ਤੁਹਾਡੇ ਬੇਟੇ ਦੀ ਬੀਵੀ ਸੀ, ਉਹ ਪਹਿਲੇ ਅਬਾਸ ਦੀ ਬੀਵੀ ਸੀ? ਪਹਿਲੇ ਅਬਾਸ ਦੀ ਬੀਬੀ ਆ ਜੀ। ਜਦੋਂ ਉਹਨੇ ਤੁਹਾਡੇ ਬੇਟੇ ਨਾਲ ਸ਼ਾਦੀ ਕੀਤੀ ਹੈ, ਉਦੋਂ ਉਹਨੇ ਅਬਾਸ ਕੋਲੋਂ ਤਲਾਕ ਲਈ ਸੀ ਜਾਂ ਵੈਸੇ ਆ ਕੇ ਬੈਠੇ? ਅਬਾਸ ਕੋਲੋਂ ਤਲਾਕ ਲੈ ਤੇ ਮੇਰੇ ਬੇਟੇ ਨਾਲ ਸ਼ਾਦੀ ਕੀਤੀ ਹੈ। ਤੁਹਾਡੇ ਬੇਟੇ ਨਾਲ ਉਹਦਾ ਰਿਸ਼ਤਾ ਕਿੰਨੀ ਦੇਰ ਤੱਕ ਰਿਹਾ ਹੈ? 8 ਮਹੀਨੇ। ਸ਼ਾਦੀ ਤੁਹਾਡੀ ਰਜ਼ਾਮੰਦਗੀ ਨਾਲ ਹੋਈ ਸੀ ਜਾਂ ਤੁਹਾਡੇ ਬੇਟੇ ਨੇ ਖੁਦ ਕੀਤੀ ਸੀ? ਨਹੀਂ ਜੀ, ਖੁਦ ਹੀ ਕੀਤੀ ਹੈ। ਤੁਹਾਡੇ ਬੇਟੇ ਨੇ ਉਹਨੂੰ ਇੱਥੇ ਆਪਣੇ ਘਰ ਰੱਖਿਆ ਸੀ ਜਾਂ ਬਾਹਰ ਰੱਖਿਆ? ਨਹੀਂ, ਬਾਹਰ ਰੱਖਿਆ। ਤੇ ਉਸ ਤੋਂ ਬਾਅਦ ਤੁਹਾਡੇ ਬੇਟੇ ਨੇ ਤੁਹਾਨੂੰ ਦੱਸਿਆ ਨਹੀਂ ਕਿ ਉਹਦੇ ਨਾਲ ਉਹਦੇ ਤਲਕਾਤ ਕਿਵੇਂ ਦੇ ਨੇ, ਕਿਸ ਵਜ੍ਹਾ ਕੀ ਮਾਮਲਾਤ ਬਣੇ ਨੇ? ਨਹੀਂ, ਇਹਨਾਂ ਸਾਨੂੰ ਦੱਸਿਆ ਵੀ ਉੱਥੋਂ ਬੋਲੇ ਝਗੜੇ ਨਾ, ਇਹਦਾ ਬਾਸ ਗਿਆ, ਬਾਸ ਦਾ ਪੁੱਤਰ ਗਿਆ, ਉਹਦੇ ਧੀਆਂ ਗਈਆਂ, ਉਹਦੇ ਜਵਾਈ ਗਏ। ਉਹ ਅਬਾਸ ਦੇ ਪਹਿਲੇ ਕਿੰਨੇ ਬੇਟੀਆਂ ਬੇਟੇ ਨੇ? 6 ਹੈਗੇ ਨੇ। ਇਹ ਜਿਹੜੇ ਕੌਸਰ ਦੇ ਤਿੰਨ ਬੇਟੇ ਨੇ ਤੇ ਬੇਟੀਆਂ? ਤਿੰਨ ਬੇਟੀਆਂ ਨੂੰ, ਤਿੰਨ ਬੇਟੇ ਨੂੰ। ਕੌਸਰ ਤੁਹਾਡੇ ਬੇਟੇ ਦੀ ਹਮ ਉਮਰ ਸੀ? ਨਹੀਂ ਜੀ, ਨਹੀਂ, ਮੇਰੇ ਬੇਟੇ ਦੀ ਉਮਰ ਸਾਰੀ 23-24 ਸਾਲ ਹੈ, ਉਹਦੀ 50 ਸਾਲ ਹੈ। ਉਹਦਾ ਤੁਹਾਡੇ ਬੇਟੇ ਨਾਲ ਕਿਵੇਂ ਤਲਕ ਬਣਿਆ? ਬਹੁਤ ਤਲਕ ਬਣਿਆ ਜੀ, ਉਹਦਾ ਬੇਟਾ ਜਿਹੜਾ ਨਾ ਉਹਨੂੰ ਆਪਣਾ ਡਿਲੀਵਰੀ ਸਲਾਮ ਸਿਖਾਉਣ ਆਪਾਂ ਟਰੈਕਟ ਦੀ। ਤੁਹਾਡਾ ਬੇਟਾ ਕੌਸਰ ਦੇ ਬੇਟੇ ਨੂੰ ਡਰਾਈਵਰੀ ਸਿਖਾਉਂਦਾ ਸੀ? ਹਾਂ ਜੀ, ਉਹਨਾਂ ਮਿੰਤ ਕੀਤੀ, ਕਾਰੋਬਾਰ ਸਾਡਾ ਹੈਗਾ ਕੋ ਨਹੀਂ, ਤੇ ਇਹ ਮੇਰੇ ਬੇਟੇ ਨੇ ਨਾ ਇਹਨੂੰ ਡਿਲੀਵਰੀ ਦਾ ਵਾਲ ਸਿਖਾ, ਚਲੋ ਇਹ ਵੀ ਆਪਦਾ ਰੋਜ਼ੀ ਦਾ ਮਸਲਾ ਬਣਾ ਲਓ। ਉੱਥੋਂ ਡਿਲੀਵਰੀ ਦਾ ਵਾਲ ਸਿੱਖਦੇ ਸੀਗਾ, ਉਹਦੇ ਨਾਲ ਜਾਂਦਾ ਆਉਂਦਾ ਕਰਦਾ, ਉਹਨਾਂ ਦੇ ਘਰ ਦਾ ਬਸ ਕੰਮ ਉਹਨੇ ਹੋ ਗਿਆ ਉਹਨਾਂ ਦਾ। ਇਹ ਕਤਲ ਉਹਨਾਂ ਕੀਤਾ ਕਿਵੇਂ ਆ? ਤੁਹਾਡੇ ਬੇਟੇ ਦੇ ਘਰੋਂ ਲੈ ਕੇ ਗਏ ਨੇ ਜਾਂ ਕਿਵੇਂ ਕਤਲ ਕੀਤਾ? ਮੇਰਾ ਬੇਟਾ ਖੜਾ ਦਿਹਾੜੀ ਤੇ ਜੀ, ਦਿਹਾੜੀ ਕਰਦਾ ਪਿਆ, ਇੱਥੇ ਉਹਨੇ ਫੋਨ ਕੀਤਾ ਆਪਣਾ ਸ਼ਾਮ ਦੀ ਬਾਂਗਲ, ਸ਼ਾਮ ਨੇ ਫੋਨ ਕੀਤਾ ਸੀ ਵੀ ਆ ਤੇ ਮੇਰੀ ਗੱਲ ਸੁਣ ਜਾਵੇ। ਤੁਹਾਡੇ ਬੇਟੇ ਨੂੰ ਕੌਸਰ ਨੇ ਫੋਨ ਕੀਤਾ ਕਿ ਆ ਕੇ ਮੇਰੀ ਗੱਲ ਸੁਣ ਜਾ? ਕਿੱਥੇ ਬੁਲਾਇਆ ਉਹਨੇ? ਬੁਲਾਇਆ ਕਾਲੀਆਂ ਪੋਲਾਂ ਤੇ ਜੀ। ਕਾਲੀ ਪੋਲ ਤੇ ਕੌਸਰ ਦੇ ਪੁਰਾਣੇ ਸ਼ੋਰ ਦਾ ਘਰ ਹੈ? ਨਹੀਂ ਨਹੀਂ, ਰੰਗਪੁਰੋਂ ਦਾ ਘਰ। ਤੇ ਕਾਲੀ ਪੋਲ ਤੇ ਕੀ ਸੀ, ਉੱਥੇ ਉਹਨਾਂ ਕਿਉਂ ਬੁਲਾਇਆ? ਉੱਥੇ ਆਇਆ, ਉੱਥੇ ਬੁਲਾਇਆ ਸੀ ਮੇਰੀ ਇੱਥੇ ਦੀ ਮੇਰੀ ਮਾਮੇ ਦੀ, ਉਹਦੇ ਕੋਲ ਸੱਦਿਆ ਸੀ। ਉੱਥੇ ਆਇਆ ਤੇ ਉੱਥੇ ਆ ਤੇ ਬੈਠੇ ਨੇ, ਪਾਣੀ ਦਾਣੀ ਪੀਤਾ ਨੇ, ਪੀ ਤੇ ਨਿਕਲੇ ਬਾਹਰ, ਉੱਥੋਂ ਬੋਲਣ ਲੱਗ ਪਏ ਉਹਨਾਂ, ਚੱਲ ਘਰਾਂ ਚੱਲ। ਮੈਨੇ ਆ ਮੈਂ ਨਹੀਂ ਜਾਣਾ, ਮੈਂ ਬੱਚੇ ਛੱਡਦੇ ਨਹੀਂ ਜਾਣਾ, ਇਹ ਉਹਨਾਂ ਤਨਾਜ਼ਾ ਹੁੰਦਾ ਸੀ। ਤੂੰ ਮੇਰੀ ਮਾਮੇ ਦੀ ਆਖਿਆ ਤੁਸੀਂ ਜਾਓ, ਆਦਾ ਤੁਸੀਂ ਜਾਓ, ਜੇ ਆਦਾ ਰੌਲਾ ਪਾਉਣਾ ਬਾਹਰ ਪਾਓ, ਇੱਥੇ ਨਾ ਪਾਓ, ਅਤੇ ਆਦਾ ਘਰ ਉੱਥੋਂ ਨਿਕਲ ਪੈਣੇ ਬਾਹਰ, ਬਾਹਰ ਨਿਕਲ ਰਹੀ ਆਦਾ, ਇੱਕ ਪਲਾਟ ਛੱਡ ਦੇ, ਦੂਜੇ ਪਲਾਟ ਉਹਨੇ ਆਦਾ ਉਹਨੇ ਬਾਹਰ ਕਰ ਦਿੱਤਾ। ਉਹਨੂੰ ਕਤਲ ਉਹਨਾਂ ਕੀਤਾ ਕਿਵੇਂ ਆ? ਫੈਰ ਮਾਰਿਆ ਜਾਂ ਛੁਰੇ ਵਗੈਰਾ ਨਾਲ, ਕਿਵੇਂ ਜ਼ਹਿਰ ਦਿੱਤਾ, ਕਿਵੇਂ ਕਤਲ ਕੀਤਾ? ਛੁਰੇ ਮਾਰੇ ਨੇ ਜੀ, ਛੁਰੇ ਮਾਰੇ ਨੇ। ਹਾਂਜੀ, ਛੁਰੇ ਅਤੇ ਸੁਬਾ ਉਹਨਾਂ ਨੂੰ ਕਤਲ ਕਰਦਿਆਂ ਕਿਸੇ ਨੇ ਨਹੀਂ ਦੇਖਿਆ ਉੱਥੇ? ਨਹੀਂ, ਬੁੜੀਆਂ ਵੇਖਿਆ ਉੱਥੇ ਉੱਤੇ, ਇੱਕ ਬੁੜੀ ਆਈ ਉਹਨੇ ਵੇਖਿਆ, ਉਹਨੇ ਆਖਿਆ ਵੀ ਇਹ ਕਿਉਂ ਇਹਨੂੰ ਮਾਰਦੇ ਪੈ ਜੇ? ਉਹਨੇ ਇਹ ਮੇਰੇ ਬੁੜੀ ਅਬਾਸ ਬੋਲਿਆ, ਉਹਨੇ ਆਖਿਆ ਇਹ ਨਾ ਮਾਰਦੇ ਤਾਂ ਪੈ, ਇਹ ਮੇਰੀ ਬੁੜੀ ਲਈ ਜਾਂਦਾ ਇਨਸਾਨ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੇਟਾ ਕਤਲ ਹੋ ਗਿਆ? ਸਾਨੂੰ ਇੱਥੇ ਫੋਨ ਆਇਆ। ਤੁਹਾਨੂੰ ਫੋਨ ਕਿੰਨੀ ਦੇਰ ਬਾਅਦ ਆ ਗਿਆ ਕਤਲ ਹੋਣ ਤੋਂ? ਫੌਰੀ ਬਾਅਦ ਪਤਾ ਲੱਗ ਗਿਆ ਤੁਹਾਨੂੰ? ਸਾਨੂੰ ਪਤਾ ਲੱਗ ਗਿਆ ਫੌਰੀ, ਜੋ ਜਾਂ 10-15 ਮਿੰਟ ਵਿੱਚ ਪਤਾ ਲੱਗ ਗਿਆ। ਜਦੋਂ ਤੁਸੀਂ ਉਹਨੂੰ ਬੇਟੇ ਤੁਹਾਡੇ ਦਾ ਤੁਹਾਨੂੰ ਪਤਾ ਲੱਗਿਆ ਕਤਲ ਹੋ ਗਿਆ, ਤੁਸੀਂ ਮੌਕੇ ਤੇ ਗਏ ਜੀ ਜਾਂ ਉਸ ਤੋਂ ਪਹਿਲੇ ਹਸਪਤਾਲ ਜਾ ਚੁੱਕਾ ਸੀ? ਹਸਪਤਾਲ ਗਏ। ਹਸਪਤਾਲ ਉਹਨੂੰ ਕੌਣ ਲੈ ਕੇ ਗਿਆ? ਕੌਸ਼ਲ ਜੀ ਵੀ ਜਾਂਦਾ। ਅੱਛਾ, ਪਹਿਲੇ ਉਹਨੇ ਉਹਨੂੰ ਕਤਲ ਕੀਤਾ, ਉਸ ਤੋਂ ਬਾਅਦ ਉਹਨੂੰ ਹਸਪਤਾਲ ਲੈ ਕੇ ਗਈ?
उस तो बाद ताड़े केस दे वेचे पुलिस की कार्रवाई है बाद जी कार्रवाई उन्हें करते नहीं जी करते पे परचा भी दिता ने सारा किया मैनू एडी अमीन को नहीं भी मेरा केस कामयाब मुलजम गिरफ्तार हो गए ने हाँ गिरफ्तार हो गए हूँ ताड़ा गवर्नमेंट नाल की मुतालबा है साडा ये जो असी आने साडा जना इंसाफ होना चाहिए जो साढ़े पुत्र ने की है ना साडा इंसाफ होना चाहिए जिमें इन्हें मारा है ना इवें ये बिचे मरना